ਕੀ ਹੈ ਕਿ ਸਾਡਾ ਜਿਹੜਾ ਸੀ ਬੀ ਜੀ ਪ੍ਰੋਜੈਕਟਸ ਦਾ ਜਿਹੜਾ ਮੇਨ ਚੈਲੇਂਜ ਹੈ ਉਹ ਸਾਡਾ ਐੱਫ ਓ ਐੱਮ ਹੈ, ਜਿਹੜਾ ਸਾਡੀ ਉਸੇ ਨੇ ਵਾਇਬਿਲਿਟੀ ਬਣਾਉਣੀ ਹੈ। ਜੇਕਰ ਸਾਡਾ ਐੱਫ ਓ ਐੱਮ ਵੀ ਜਿਹੜਾ ਸੇਲ ਹੋਣਾ ਸ਼ੁਰੂ ਹੋ ਜਾਂਦਾ ਅਤੇ ਸਾਡੀ ਸੀ ਬੀ ਜੀ ਵੀ ਸੇਲ ਹੁੰਦੀ ਹੈ ਤਾਂ ਆਟੋਮੈਟਿਕ ਕੀ ਹੈਗਾ ਕਿ ਸਾਡੀ ਵਾਇਬਿਲਿਟੀ ਬਣ ਜੂਗੀ। ਜੇ ਫਾਰਮਰ ਉਹਨੂੰ ਕੈਮੀਕਲ ਦੀ ਜਗ੍ਹਾ 'ਤੇ ਜਿੰਨੇ ਪੈਸੇ ਮਤਲਬ ਉਹ ਇੱਕ ਏਕੜ 'ਚ ਕੈਮੀਕਲ ਦੇ ਯੂਜ਼ ਕਰਦਾ, ਉਹ ਕੈਮੀਕਲ ਦੇ ਪੈਸੇ ਮੰਨ ਲਓ ਉਹਨੇ ਸਰਕਾਰ ਹੈ ਜਿਹੜੀ ਲੈਵੇ, ਉਹਦੇ ਅਗੇਂਸਟ ਹੈ ਜਿਹੜੀ ਉਹਦੀ ਬਰਾਬਰ ਦੀ ਕੁਆਂਟਿਟੀ ਦੇ ਉਹਨਾਂ ਨੂੰ ਔਰਗੈਨਿਕ ਮੈਨਿਊਰ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਫਰਟੀਲੇਟਰ ਜਿਹੜੀ ਹੈਗੀ ਆ ਉਹ ਵੀ ਖਰਾਬ ਨਾ ਹੋਵੇ ਔਰ ਉਹਨਾਂ ਦੇ ਖੇਤਾਂ ਦੀ ਹਾਲਤ ਵੀ ਸੁਧਰੇ। ਫੈਕਟਰੀ ਦੇ ਫੋਨ ਕਰਦੇ ਹਾਂ ਜੀ, ਉਹ ਆ ਜਾਂਦੇ ਨੇ ਜੀ, ਆ ਕੇ ਮੋਚਰ ਚੈੱਕ ਕਰਦੇ ਨੇ ਜੀ ਆ ਕੇ। ਜੇ ਉਹ ਸੁੱਕਾ ਹੋਵੇ ਫੂਸ ਤਾਂ ਉਹ ਲੈ ਜਾਂਦੇ ਨੇ, ਨਹੀਂ ਉਹ ਬਿਲਕੁਲ ਛੱਡ ਦਿੰਦੇ ਨੇ ਵੀ ਹਜੇ ਸੁੱਕਿਆ ਨਹੀਂ ਹੈਗਾ, ਵੀ ਜਦ ਸੁੱਕ ਗਿਆ ਅਸੀਂ ਫਿਰ ਲੈ ਕੇ ਜਾਵਾਂਗੇ। ਫਿਰ ਉਨ੍ਹਾਂ ਚਿਰ ਅਸੀਂ ਖੜ ਨਹੀਂ ਸਕਦੇ ਜੀ, ਅਸੀਂ ਖੜਾਂਗੇ ਕਿਵੇਂ? ਫਿਰ ਸਾਡਾ ਵਾਹਣ ਖੁਸ਼ਕ ਹੋ ਜਾਂਦਾ ਜੀ, ਹੋਰ ਫਿਰ ਉਹ ਵਾਹਣ ਖੁਸ਼ਕ ਹੋ ਗਿਆ ਜੀ, ਉਹਦੇ ਵਿੱਚ ਜਦ ਫਿਰ ਬਿਜਾਂਦ ਕਰਾਂਗੇ ਕਣਕ ਨਹੀਂ ਜੰਮਦੀ ਜੀ, ਜੰਮਦੀ ਨਹੀਂ, ਫਿਰ ਇਸ ਕਰਕੇ ਸਾਨੂੰ ਅੱਗ ਤਾਂ ਲਾਉਣੀ ਪਊਗੀ ਨਾ।